ਨਮਸਕਾਰ ਸਤਿ ਸ਼੍ਰੀ ਅਕਾਲ ਜਾਗੋ ਪੰਜਾਬ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ ਹਾੜੀ ਸੌਣੀ ਦੇ ਸੀਜ਼ਨ ਵਿੱਚ ਹਰ ਵਾਰ ਮਿਹਨਤੀ ਕਿਸਾਨਾਂ ਨੂੰ ਡਰ ਰਹਿੰਦਾ ਹੈ ਕਿ ਧੀਆਂ ਪੁੱਤਾਂ ਵਾਂਗ ਪਾਲੀ ਉਸਦੀ ਫਸਲ ਮੰਡੀਆਂ 'ਚ ਨਾ ਰੁਲੇ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਵੇਚ ਕੇ ਜਲਦੀ ਘਰ ਵਾਪਸ ਜਾਣਾ ਚਾਹੁੰਦਾ ਹੈ ਸਰਕਾਰ ਵੀ ਹਰ ਸਾਲ ਦਾਅਵੇ ਬਹੁਤ ਕਰਦੀ ਹੈ ਇਸ ਵਾਰੀ ਪੰਜਾਬ ਮੰਤਰੀ ਮੰਡਲ ਨੇ ਝੋਨੇ ਦੀ ਖਰੀਦ ਲਈ ਮੁਕੰਮਲ ਰੂਪ ਵਿੱਚ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਇਸ ਮਸਲੇ ਦੇ ਉੱਤੇ ਅੱਜ ਅਸੀਂ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨਾਲ ਗੱਲਬਾਤ ਕਰ ਰਹੇ ਹਾਂ ਚੀਮਾ ਜੀ ਜੀਆਂ ਨੂੰ ਬਹੁਤ ਬਹੁਤ ਸਵਾਗਤ ਇੱਕ ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਜੀ ਝੋਨੇ ਦੀ ਖਰੀਦ ਯਾਰ ਕੀ ਜਿਹੜਾ ਕਿੰਨੀ ਕੀ ਉਹ ਟੀਚਾ ਹੈਗਾ ਕਿ ਜਿਹੜਾ ਝੋਨਾ ਉਹ ਮੰਡੀਆਂ 'ਚ ਆ ਜਾਏਗਾ ਜੀ ਦੇਖੋ ਮੌਸਮ ਬਹੁਤ ਅਨੁਕੂਲ ਸੀ ਇਸ ਵਾਰ ਅਤੇ ਉਮੀਦ ਸੀ ਕਿ 1,50,00,000 ਟਨ ਜਿਹੜਾ ਝੋਨਾ ਹੈਗਾ ਉਹ ਮੰਡੀਆਂ 'ਚ ਆਏਗਾ ਅੱਛਾ ਪਰ ਸਤੰਬਰ ਦੇ ਪਹਿਲੇ ਹਫ਼ਤੇ ਇੱਥੇ ਜਿਹੜਾ ਝੱਖੜ ਆਇਆ ਉਹਦੇ ਨਾਲ ਥੋੜ੍ਹਾ ਜਿਹਾ ਜਿਹੜਾ ਉਸ ਵੇਲੇ ਗੱਭੇ 'ਚ ਦਾਣਾ ਦੁੱਧ 'ਚ ਆਇਆ ਹੋਇਆ ਸੀਗਾ ਹਾਂਜੀ ਹਾਂਜੀ ਉਹਨੂੰ ਕਾਫ਼ੀ ਨੁਕਸਾਨ ਹੋਇਆ ਹੈਗਾ ਅਸੀਂ ਹੁਣ ਸਾਰੇ ਜ਼ਿਲ੍ਹਿਆਂ 'ਚ ਵਿਜ਼ਿਟ ਕੀਤਾ ਹੈ ਤਾਂ ਹੁਣ ਐਂ ਲੱਗਦਾ ਸਾਨੂੰ ਕਿ ਸਾਡਾ ਸ਼ਾਇਦ 1,40,00,000 ਤੱਕ ਅਸੀਂ ਪਹੁੰਚ ਪਾਵਾਂਗੇ 10,00,000 ਟਨ ਦਾ ਨੁਕਸਾਨ ਹੋਇਆ ਅਤੇ ਇਹ ਜਿਹੜਾ ਬੇਮੌਸਮੀ ਬਾਰਿਸ਼ ਕਰਕੇ ਉਹ ਉਹਦਾ ਝਾੜ ਘੱਟ ਗਿਆ ਗਾ ਜੀ ਹਾਂਜੀ ਇੱਕ ਸਿਰਫ ਅਤੇ ਜਿਹੜਾ ਇਸ ਤੋਂ ਜਿਹੜਾ ਪਿਛਲੇ ਸਾਲ ਸੀ ਉਹ ਕਿੰਨਾ ਕੀ ਟੀਚਾ ਹੈਗਾ ਸੀ ਕਿੰਨੀ ਕੀ ਮੰਡੀ ਸਾਲ ਸਾਡਾ 1,30,00,000 ਟਨ ਅਸੀਂ ਪਰਚੇਜ ਕੀਤੀ ਸੀ ਔਰ 1,35,00,000 ਟਨ ਪਿਛਲੇ ਸਾਲ ਵੀ ਸੀ ਲੇਕਿਨ ਪਿਛਲੇ ਸਾਲ ਡਰਾਊਟ ਵਾਲਾ ਸੀ ਥੋੜ੍ਹਾ ਜਿਹਾ ਮੌਸਮ ਔਰ ਇਸ ਵਾਰ ਜਿਹੜੀ ਬਰਸਾਤਾਂ ਅੱਛੀਆਂ ਹੋਈਆਂ ਸੀ ਤਾਂ ਸਾਨੂੰ ਉਮੀਦ ਸੀ ਕਿ ਝਾੜ ਵਧੇਗਾ ਅਤੇ ਇਹ ਇੱਕ ਦੇਖੋ ਪਿਛਲੀ ਵਾਰ ਤੁਸੀਂ ਕੋਈ 135,00,000 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈਗੀ ਐਰਤੀ ਜਿਹੜਾ ਤੁਹਾਡਾ ਟੀਚਾ ਹੈਗਾ ਸੀ ਕੋਈ 150,00,000 ਟਨ ਦਾ ਹੈਗਾ ਸੀ ਇੱਕ ਤਾਂ ਬਾਰਿਸ਼ਾਂ ਕਰਕੇ ਝਾੜ ਦਾਣਾ ਜਿਹੜਾ ਉਹ ਖਤਮ ਹੋ ਗਿਆ ਮਰ ਗਿਆ ਦਾਣਾ ਹੈਗਾ ਇੱਕ ਸਰਕਾਰ ਜਿਹੜਾ ਡਿਵਰਸੀਫਿਕੇਸ਼ਨ 'ਤੇ ਵੀ ਜ਼ੋਰ ਦੇ ਰਹੀ ਹੈਗੀ ਇਸ ਦੇ ਬਾਵਜੂਦ ਵੀ ਪਿਛਲੇ ਸਾਲ ਦੇ ਮੁਕਾਬਲੇ 1,00,000 ਮੀਟਰਿਕ ਟਨ ਦਾ ਜਿਹੜਾ ਟਾਰਗੇਟ ਰੱਖਿਆ ਗਿਆ ਹੈਗਾ ਜੀ ਦੇਖੋ ਡਾਇਵਰਸੀਫਿਕੇਸ਼ਨ ਵਾਸਤੇ ਮੂਵ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਖਾਸ ਤੌਰ 'ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਬਹੁਤ ਧਿਆਨ ਦਿੱਤਾ ਅੱਛਾ ਔਰ ਇਹ ਅੱਜ ਪੰਜਾਬ ਦੀ ਲੋੜ ਵੀ ਬਣ ਚੁੱਕੀ ਹੈ ਕਿਉਂਕਿ ਕੋਈ ਵੇਲਾ ਸੀ ਜਦੋਂ ਦੇਸ਼ ਅੰਦਰ ਅੰਨ ਭੰਡਾਰ ਦੀ ਘਾਟ ਹੁੰਦੀ ਉਹ ਸਾਰਾ ਦੇਸ਼ ਪੰਜਾਬ ਵੱਲ ਵੇਖਦਾ ਸੀਗਾ ਕਿ ਪੰਜਾਬ ਹੀ ਸਾਰੇ ਦੇਸ਼ ਦਾ ਢਿੱਡ ਭਰੇਗਾ ਬਿਲਕੁਲ ਔਰ ਪੰਜਾਬ ਨੇ 40 ਸਾਲ ਜਿਹੜਾ ਹੈਗਾ ਉਹ ਪੂਰੇ ਹਿੰਦੁਸਤਾਨ ਦਾ ਜਿਹੜਾ ਹੈਗਾ ਅਨਾਜ ਦਾ ਸੰਕਟ ਉਹ ਦੂਰ ਵੀ ਕੀਤਾ ਔਰ ਅੱਜ ਸਥਿਤੀ ਇਹ ਹੈ ਕਿ ਦੇਸ਼ ਜਿਹੜਾ ਹੈਗਾ ਅੰਨ ਪੱਖੋਂ ਸਵੈ ਨਿਰਭਰ ਵੀ ਨਹੀਂ ਹੋਇਆ ਬਲਕਿ ਐਕਸਪੋਰਟ ਕਰਨ ਲੱਗ ਗਿਆ ਬਿਲਕੁਲ ਜੀ ਪਰ ਇਹਦੀ ਸਾਨੂੰ ਜਿਹੜੀ ਆ ਪੰਜਾਬ ਦੇ ਕਿਸਾਨਾਂ ਨੂੰ ਔਰ ਵਪਾਰੀਆਂ ਨੂੰ ਆੜ੍ਹਤੀਆਂ ਨੂੰ ਇਹ ਮਾਰ ਪਈ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਹੁਣ ਉਹ ਕੇਂਦਰੀ ਪੂਲ ਵਾਸਤੇ ਖਰੀਦਣ ਵੇਲੇ ਨਖਰੇ ਬਹੁਤ ਕਰਨ ਲੱਗ ਗਈ ਅੱਛਾ ਉਹਦੇ ਕਰਕੇ ਪਿਛਲੇ ਸਾਲਾਂ ਦੇ ਵਿੱਚ ਵੀ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੁਝ ਤਕਲੀਫ ਆਈ ਹੈ ਔਰ ਉਸ ਦਾ ਦੂਜਾ ਵੱਡਾ ਕਾਰਨ ਇਹ ਵੀ ਹੈ ਕਿ ਜਿਹੜਾ ਝੋਨੇ ਥੱਲੇ ਸਾਡਾ ਰਕਬਾ ਵੱਧ ਰਿਹਾ ਸੀਗਾ ਉਹਦੇ ਨਾਲ ਸਾਡਾ ਜਿਹੜਾ ਕੁਦਰਤੀ ਪਾਣੀ ਦਾ ਸਰੋਤ ਹੈ ਬਿਲਕੁਲ ਉਹ ਬਿਲਕੁਲ ਘਟਣ ਲੱਗ ਗਿਆ ਅੱਜ ਅਸੀਂ ਇਸ ਕਗਾਰ 'ਤੇ ਹਾਂ ਕਿ 100-100 ਫੁੱਟ ਡੂੰਘੇ ਜਿਹੜੇ ਪਾਣੀ ਦੇ ਲੈਵਲ ਚਲੇ ਗਏ ਜਿਹੜੇ ਕਿਸੇ ਵੇਲੇ 5-10 ਫੁੱਟ ਹੋਇਆ ਕਰਦੇ ਸੀ ਕਈ ਪਿੰਡਾਂ 'ਚ ਤਾਂ ਜਿਹੜਾ ਪਾਣੀ ਸੀਗਾ ਬਿਲਕੁਲ ਲੈਵਲ 'ਤੇ ਹੋਇਆ ਕਰਦਾ ਸੀ ਸੋ ਇਸ ਪੱਖ ਤੋਂ ਵੀ ਸਰਕਾਰ ਨੇ ਜਿਹੜੀ ਹੈ ਉਹ ਚਿੰਤਾ ਜ਼ਾਹਰ ਕੀਤੀ ਸੋ ਇਹਨੂੰ ਮੁੱਖ ਰੱਖ ਕੇ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਜਿਹੜੀ ਆ ਮੂਵ ਚਲਾਈ ਗਈ ਲੇਕਿਨ ਇਹ ਅਜੇ ਅਵੇਅਰਨੈਸ ਦੇ ਪੱਧਰ 'ਤੇ ਹੈ ਦੋ ਗੱਲਾਂ ਨੇ ਇਹਦੇ ਵਿੱਚ ਵੀ ਇੱਕ ਤਾਂ ਡਾਇਵਰਸੀਫਿਕੇਸ਼ਨ ਨੂੰ ਹੁੰਗਾਰਾ ਇਸ ਕਰਕੇ ਨਹੀਂ ਮਿਲਦਾ ਕਿ ਜਿਹੜੀਆਂ ਫਸਲਾਂ ਡਾਇਵਰਸੀਫਿਕੇਸ਼ਨ ਵਾਸਤੇ ਸੁਜੈਸਟ ਕੀਤੀਆਂ ਗਈਆਂ ਉਹਦੇ ਵਾਸਤੇ MSP ਹੈ ਨਹੀਂ ਬਿਨਾਂ MSP ਤੋਂ ਜਿਹੜਾ ਹੈਗਾ ਉਹ ਚੀਮਾ 'ਚ ਉਹ ਦੂਜੀਆਂ ਆ ਗਈਆਂ ਵੀ ਸਰਕਾਰ ਡਾਇਵਰਸੀਫਿਕੇਸ਼ਨ 'ਤੇ ਬਹੁਤ ਜ਼ੋਰ ਦੇ ਰਹੀ ਹੈ ਕਿ ਝੋਨੇ ਦਾ ਜਿਹੜਾ ਉਹ ਪਾਣੀ ਬਹੁਤ ਲੈਂਦਾ ਹੈਗਾ ਹਾਲਾਂਕਿ ਮਈ ਤੋਂ ਬਾਅਦ ਸਰਕਾਰ ਨੇ ਕਿਹਾ ਲਾਇਆ ਜਾਵੇ ਫਿਰ ਵੀ ਜਿਹੜਾ ਕਿਸਾਨ ਉਹ ਝੋਨਾ ਹੀ ਲਾਉਂਦਾ ਹੈਗਾ ਉਹਨੂੰ ਝੋਨੇ ਤੋਂ ਬਚਤ ਪੈਸੇ ਮਿਲ ਜਾਂਦੇ ਚੰਗਾ ਮੁਨਾਫਾ ਹੋ ਜਾਂਦਾ ਹਾਂ ਮੁਨਾਫੇ ਤੋਂ ਇਲਾਵਾ ਇੱਕ ਫਾਰਮਰ ਨੂੰ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਇਸ ਗੱਲ ਦਾ ਕੌਨਫੀਡੈਂਸ ਰਹਿੰਦਾ ਹੈ ਕਿ ਮੇਰੀ 1,000,000 ਦੀ ਜਿਹੜੀ ਹੈ ਫਸਲ ਹੋ ਜਾਏਗੀ ਅੱਛਾ ਜਿਹੜੀਆਂ ਦੂਜੀਆਂ ਗੈਰ ਰਵਾਇਤੀ ਫਸਲਾਂ ਨੇ ਕਮਰਸ਼ੀਅਲ ਫਸਲਾਂ ਨੇ ਜਿਹਨਾਂ ਨੂੰ ਅਸੀਂ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਲਿਜਾਣਾ ਚਾਹੁੰਦੇ ਹਾਂ ਉਹਨਾਂ ਦੀ ਮਾਰਕੀਟ ਅਨਸਰਟਨ ਰਹਿੰਦੀ ਹਮੇਸ਼ਾ ਅਗਰ ਆਲੂ ਇਹ 1 ਸਾਲ 50-60,000 ਦਾ ਕਿੱਲੇ ਤੋਂ ਨਿਕਲ ਗਿਆ ਅਤੇ ਅਗਲੇ ਸਾਲ ਇਹ ਨਹੀਂ ਪਤਾ ਕਿ 20,000 ਤੇ ਹੀ ਆ ਜਾਏ ਅੱਛਾ ਚੀਮਾ ਸਾਹਿਬ ਇਹ ਤਾਂ ਚਲੋ ਸਰਕਾਰ ਦੇ ਡਿਸੀਜਨ ਸ਼ਾਇਦ ਆਉਣ ਵਾਲੇ ਸਮੇਂ 'ਚ ਡਾਇਵਰਸੀਫਿਕੇਸ਼ਨ ਵੀ ਮੈਂ ਤੁਹਾਡੀ ਉਸੇ ਗੱਲ ਦਾ ਜਵਾਬ ਦੇ ਰਿਹਾ ਸੀ ਗੱਲ ਕੀਤੀ ਜਾਵੇ ਕਿ ਬੀਤੇ ਦਿਨੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਬੜਾ ਅਹਿਮ ਫੈਸਲਾ ਲਿਆ ਗਿਆ
ਕਿ ਕਿਸਾਨਾਂ ਨੂੰ ਮੰਡੀਆਂ 'ਚ ਨਾ ਰੁਲਣ ਦਿੱਤਾ ਜਾਵੇ ਅਤੇ ਜਿਹੜੀ ਖਰੀਦ ਹੈਗੀ ਉਹ ਸੁਚਾਰੂ ਰੂਪ 'ਚ ਕੀਤੀ ਜਾਵੇ। ਇਹ ਸਰਕਾਰ ਦਾ ਕਿੱਥੋਂ ਫੈਸਲਾ ਮੰਨਦੇ, ਕਿਉਂਕਿ ਹਰ ਸਾਲ ਦਾਅਵੇ ਕੀਤੇ ਜਾਂਦੇ ਹੈਗੇ ਨੇ ਜੀ। ਨਹੀਂ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਕੇਂਦਰੀ ਪੂਲ ਦੇ ਭੰਡਾਰ ਵਾਸਤੇ ਜਿਹੜੀਆਂ ਹੈਗੀਆਂ ਉਹ ਸਪੈਸੀਫਿਕੇਸ਼ਨਾਂ ਵੀ ਕੇਂਦਰ ਸਰਕਾਰ ਦਿੰਦਾ। ਅੱਜ ਪੰਜਾਬ ਦੇ ਵਿੱਚ 17% ਝੋਨੇ ਦੀ ਸਪੈਸੀਫਿਕੇਸ਼ਨ ਦਿੱਤੀ ਗਈ ਹੈ। ਅੱਛਾ। ਔਰ ਇਹਦੇ 'ਚ ਦੇਖੋ ਇਹ ਗੱਲ ਹੈ ਕਿ ਹੁਣ ਮਸ਼ੀਨੀ ਯੁੱਗ ਆ ਗਿਆ। ਕਦੇ ਸਮਾਂ ਹੁੰਦਾ ਸੀ ਜਦੋਂ ਹੱਥਾਂ ਨਾਲ ਫੁੰਡਾਈ ਹੁੰਦੀ ਸੀ। ਬਿਲਕੁਲ ਜੀ। ਜਿਹੜਾ ਭਾਰਤ ਦੇ ਵਿੱਚ ਮਾਪਦੰਡ ਬਣਾਏ ਜਾਂਦੇ ਨੇ, ਜੋ ਕ੍ਰਾਈਟੇਰੀਆ ਰੱਖਿਆ ਜਾਂਦਾ, ਇਹ ਉਹਨਾਂ ਸਟੇਟਾਂ ਨੂੰ ਮੁੱਖ ਰੱਖ ਕੇ ਰੱਖਿਆ ਜਾਂਦਾ ਜਿਹੜੀਆਂ ਸਟੇਟਾਂ ਅੱਜ ਵੀ ਹੱਥਾਂ ਨਾਲ ਜਿਹੜੀ ਆ ਹਾਰਵੈਸਟਿੰਗ ਕਰਦੀਆਂ, ਕਟਾਈ ਕਰਦੀਆਂ। ਪੰਜਾਬ ਅੰਦਰ ਜਿਹੜਾ ਟੋਟਲ ਕਟਾਈ ਕੰਬਾਈਨਾਂ ਨਾਲ ਹੋਣ ਲੱਗ ਗਈ, ਸੋ ਇੱਥੇ 17% ਮੋਇਸਚਰ ਲਿਆਉਣਾ ਹੀ ਜਿਹੜਾ ਉਹ ਕਿਸਾਨ ਵਾਸਤੇ ਵੀ ਅਤੇ ਸਰਕਾਰ ਵਾਸਤੇ ਵੀ ਬੜੀ ਬੜੀ ਸਮੱਸਿਆ। ਚੀਮਾ ਸਾਹਿਬ, ਆਪਣੀ ਗੱਲਬਾਤ ਜਾਰੀ ਰਹੇਗੀ, ਇੱਕ ਸਾਡੇ ਨਾਲ ਕਾਲਰ ਜੁੜੇ ਹੈਗੇ, ਉਹ ਸੁਣ ਲੈਂਦੇ ਕਿ ਉਹ ਕੀ ਕਹਿੰਦੇ ਹੈਗੇ। ਬਹੁਤ ਬਹੁਤ ਜੀ ਆਇਆਂ ਨੂੰ ਜੀ, ਕੀ ਕਹਿਣਾ ਚਾਹੁੰਦੇ ਜੀ ਤੁਸੀਂ ਅੱਜ ਦੇ ਸਾਡੇ ਖਾਸ ਪ੍ਰੋਗਰਾਮ ਵਿੱਚ ਜੀ? ਸਰ, ਮੈਂ ਇਹ ਕਹਿਣਾ ਚਾਹੁੰਦਾ ਜੋ ਖੇਤੀਬਾੜੀ ਦਾ ਤੁਸੀਂ ਵਿਚਾਰ ਰੱਖਿਆ ਬਹੁਤ ਵਧੀਆ ਰੱਖਿਆ, ਕਿਉਂਕਿ ਚਾਹੀਦਾ ਵੀ ਇਹ ਜਿਹੜਾ ਖੇਤੀਬਾੜੀ ਕਿਸਾਨ ਆ, ਇਹ ਸਾਡਾ ਜੋ ਵੀ ਸਿਸਟਮ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਜਾਂ ਜ਼ਮੀਨ ਤੋਂ ਲੈ ਕੇ ਸਮਾਨ ਤੱਕ, ਉਹ ਜ਼ਮੀਨਦਾਰ ਤੇ ਚੱਲਦਾ ਹੈ। ਹੈਲੋ, ਹਾਂਜੀ ਹਾਂਜੀ, ਸੁਣ ਰਹੇ ਜੀ? ਹੈਲੋ, ਹਾਂਜੀ ਹਾਂਜੀ, ਹੈਲੋ 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 ਚੀਮਾ ਜੀ, ਉਹਨਾਂ ਦਾ ਇੱਕ ਡਿਸਕਨੈਕਟ ਹੋ ਗਿਆ। ਹਾਂਜੀ ਹਾਂਜੀ, ਫਿਰ ਆ ਜਾਂਦੇ। ਅੱਛਾ, ਆਪਾਂ ਗੱਲ ਕਰ ਰਹੇ ਸੀ ਉਹਨਾਂ ਦਾ, ਅਸੀਂ ਚੰਗੀ ਤਰ੍ਹਾਂ ਸੁਣ ਵੀ ਨਹੀਂ ਪਾਏ ਹੈਗੇ। ਮੇਰਾ ਇਹ ਸਵਾਲ ਹੈਗਾ ਕਿ ਆਪਾਂ ਜਿਹੜੀ ਸਰਕਾਰ ਨੇ ਕੱਲ੍ਹ ਫੈਸਲਾ ਲਿਆ ਹੈਗਾ ਕਿ ਖਰੀਦ ਦੇ ਮਾਮਲੇ ਵਿੱਚ ਕੋਈ ਵੀ ਤਰੁੱਟੀਆਂ ਕਮੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ। ਹਾਂ, ਉਹਦੇ ਵਾਸਤੇ ਵੈਸੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ, ਮੰਡੀ ਬੋਰਡ ਨੂੰ ਔਰ ਸਾਰੀਆਂ ਸੰਬੰਧਿਤ ਏਜੰਸੀਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਕਿਸਾਨਾਂ ਦੀ ਕਿਸੇ ਵੀ ਮੰਡੀ ਦੇ ਵਿੱਚ ਜਿਹੜੀ ਹੈ ਉਹ ਫਸਲ ਵੇਚਣ ਵੱਲੋਂ ਖੱਜਲ ਖੁਆਲੀ ਨਹੀਂ ਹੋਣੀ ਚਾਹੀਦੀ। ਜੋ ਵੀ ਪ੍ਰਬੰਧ ਨੇ ਉਹ ਆਪਣੇ ਪੂਰੇ ਕਰ ਲਏ ਜਾਣ। ਸੋ ਇਸ ਸੰਬੰਧ ਦੇ ਵਿੱਚ ਜਿਹੜੀ ਇਸ ਵਾਰ ਸਾਨੂੰ ਇੱਕ ਤਾਂ ਬਾਰਦਾਣੇ ਦੀ ਕਮੀ ਨਹੀਂ ਆਏਗੀ। ਅੱਛਾ। ਦੂਜਾ, ਮੰਡੀਆਂ ਦੇ ਵਿੱਚ ਜਿਹੜੀ ਸਫਾਈ ਦੇ ਪ੍ਰਬੰਧ ਨੇ ਔਰ ਜਿਹੜੇ ਪਾਣੀ ਦੇ ਪ੍ਰਬੰਧ ਨੇ, ਛਾਂ ਦੇ ਪ੍ਰਬੰਧ ਨੇ, ਉਹ ਵੀ ਮੁਕੰਮਲ ਕੀਤੇ ਗਏ ਨੇ। ਜਿਹੜੀ ਸਾਰਿਆਂ ਤੋਂ ਵੱਡੀ ਸਮੱਸਿਆ ਪਿਛਲੇ ਸਾਲਾਂ 'ਚ ਆਉਂਦੀ ਰਹੀ ਕਿ ਸਾਡੇ ਕੋਲ ਸਪੇਸ ਦੀ ਘਾਟ ਹੋ ਗਈ ਸੀ, ਅਨਾਜ ਇੰਨਾ ਜ਼ਿਆਦਾ ਹੋ ਗਿਆ ਸੀਗਾ ਬਿਲਕੁਲ ਕਿ ਗੋਦਾਮਾਂ ਦੇ ਵਿੱਚ ਸੰਭਾਲਣ ਨੂੰ ਰੱਖਣ ਨੂੰ ਥਾਂ ਨਹੀਂ ਸੀ, ਕੱਚੀਆਂ ਥਾਵਾਂ ਦੇ ਉੱਤੇ ਅਸੀਂ ਅਨਾਜ ਰੱਖ ਰਹੇ ਸੀ। ਸੋ ਹੁਣ ਸਾਡੇ ਕੋਲ ਜਿਹੜਾ ਹੈਗਾ ਇਹਨਾਂ ਸਾਲਾਂ ਦੇ ਵਿੱਚ 30 ਲੱਖ ਟਨ ਦੇ ਨਵੇਂ ਗੋਦਾਮ ਬਣੇ ਨੇ ਔਰ ਇਸ ਵਾਰ ਸਰਕਾਰ ਨੇ ਪੰਜਾਬ 'ਚੋਂ ਅਨਾਜ ਬਾਹਰ ਭੇਜਣ ਦੇ ਵਿੱਚ ਵੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਰੁਚੀ ਲਈ ਔਰ ਇਹਦੇ ਨਾਲ ਸਾਡੇ ਕੋਲ ਸਪੇਸ ਵੀ ਹੈਗੀ ਹੈ। ਅੱਛਾ ਜੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰ ਵਾਰ ਆਪਣਾ ਉਹ ਨਾ ਦਿਖਾਉਂਦੇ ਆ ਕਿ ਉਹ ਕਾਫੀ ਵਰੀ ਹੁੰਦੇ ਨੇ ਕਿ ਕਿਸਾਨ ਮੰਡੀਆਂ 'ਚ ਨਾ ਰੁਲੇ ਹੈਗੇ, ਉਹ ਆਪਣੇ ਜਿਹੜੇ ਸੀਨੀਅਰ ਅਫਸਰ ਹੈਗੇ ਨਾ ਪ੍ਰਿੰਸੀਪਲ ਸੈਕਟਰੀ ਰੈਂਕ ਦੇ ਇੱਥੋਂ ਤੱਕ ਕਿ ਚੀਫ ਸੈਕਟਰੀ ਵੀ, ਉਹ ਮੰਡੀਆਂ ਵੱਲ ਤੋਰ ਦਿੰਦੇ ਆ ਕਿ ਕਿਸਾਨਾਂ ਨੂੰ ਨਾ ਪ੍ਰੋਬਲਮ ਆਵੇ। ਇਹ ਵਾਰ ਵਾਰ ਜਿਹੜੇ ਫੈਸਲੇ ਲਏ ਜਾਂਦੇ ਹੈਗੇ ਨੇ, ਅਧਿਕਾਰੀਆਂ ਨੂੰ ਸੁਚੇਤ ਕੀਤਾ ਜਾਂਦਾ ਕਿ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਮੰਡੀ ਬੋਰਡ ਦੇ ਅਧਿਕਾਰੀ ਉਹ ਜਿਹੜੀ ਆਪਣੀ ਡਿਊਟੀ, ਆਪਣਾ ਜਿਹੜਾ ਫਰਜ਼ ਸਹੀ ਤਰ੍ਹਾਂ ਨਹੀਂ ਨਿਭਾ ਰਹੇ ਹੈਗੇ? ਨਹੀਂ, ਅਸਲ 'ਚ ਇਹ ਗੱਲ ਨਹੀਂ ਹੁੰਦੀ। ਹਾਂਜੀ, ਇੱਕ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਹੈ, ਇਹਦਾ ਇੱਕ ਆਪਣਾ ਨੈਟਵਰਕ ਹੁੰਦਾ ਹੈ। ਸੋ ਜਿਹੜਾ ਡਿਪਟੀ ਕਮਿਸ਼ਨਰ ਹੈ ਉਹਦੇ ਵੀ ਥੱਲੇ ਅਧੀਨ SGM ਕੰਮ ਕਰਦੇ। ਬਿਲਕੁਲ ਜੀ, ਬਿਲਕੁਲ। ਸੋ ਡਿਪਟੀ ਕਮਿਸ਼ਨਰ ਦੇ ਜਦੋਂ ਰੂਟੀਨ ਦੇ ਵਿੱਚ ਡਿਪਟੀ ਕਮਿਸ਼ਨਰ ਮੰਡੀਆਂ 'ਚ ਜਾਂਦਾ ਹੈ ਤਾਂ ਉਹ ਉਹਨਾਂ ਦੇ SGM ਵਾਸਤੇ ਉਹ ਇੱਕ ਡਿਪਟੀ ਕਮਿਸ਼ਨਰ ਹੈ, ਉਹਨਾਂ ਦੇ ਆਪਸ ਦੇ ਵਿੱਚ ਜਿਹੜਾ ਤਾਲਮੇਲ ਹੁੰਦਾ ਹੈ। ਉਹਨਾਂ ਨੂੰ DC ਸਾਹਿਬ ਦਾ ਜਿਹੜਾ ਹੈਗਾ ਪ੍ਰਭਾਵ ਉਹ ਇੰਨਾ ਜ਼ਿਆਦਾ ਨਹੀਂ ਉਹ ਲੈਂਦੇ ਕਿਉਂਕਿ ਉਹਨਾਂ ਦੀ ਆਪਸੀ ਕੁਸ਼ਲ ਬਣ ਜਾਂਦੀ। ਅੱਛਾ। ਤਾਂ ਜਦੋਂ ਇੱਕ ਉੱਪਰਲਾ ਅਫਸਰ ਸਾਡਾ ਸਟੇਟ ਤੋਂ ਜਾਂਦਾ ਹੈ ਉਹਦੇ ਨਾਲ ਸਾਡੇ DC ਸਾਹਿਬ ਨੂੰ ਵੀ ਜਿਹੜਾ ਚੌਕਸੀ ਆਉਂਦੀ ਹੈ, ਸਾਰੀ ਥੱਲੇ ਜਿਹੜੀ ਜਿੰਨੀ ਥੱਲੇ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਸਾਰਿਆਂ 'ਚ ਚੌਕਸੀ ਆਉਂਦੀ, ਜ਼ਿੰਮੇਵਾਰੀ ਦੀ ਭਾਵਨਾ ਆਉਂਦੀ ਹੈ। ਸੋ ਇਹ ਜਿਹੜਾ ਤਰੀਕਾ ਹੈਗਾ ਬਾਦਲ ਸਾਹਿਬ ਦਾ, ਮੈਂ ਕਹਿੰਦਾ ਇਹ ਬੜਾ ਸਫਲ ਹੈ। ਗੱਲ ਜਾਰੀ ਰਹੇਗੀ, ਆਪਣੇ ਦੁਬਾਰਾ ਕਾਲਰ ਜੁੜ ਚੁੱਕੇ ਕਿ ਨੇ? ਹਾਂਜੀ, ਮਾਫ਼ੀ ਚਾਹਾਂਗੇ, ਤੁਹਾਡੀ ਆਵਾਜ਼ ਨਹੀਂ ਸੁਣ ਪਾ ਰਹੇ ਅਸੀਂ, ਅਤੇ ਕੀ ਤੁਸੀਂ ਸਾਡੀ ਆਵਾਜ਼ ਸੁਣ ਰਹੇ ਔਰ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਹਾਂਜੀ ਹਾਂਜੀ, ਹੈਲੋ। ਹਾਂਜੀ ਹਾਂਜੀ, ਬਿਲਕੁਲ ਜੀ, ਬੋਲੋ ਜੀ। ਮੈਂ ਜਸਵਿੰਦਰ ਸਿੰਘ ਮੱਤਰ ਬੋਲਦਾ ਜੀ। ਹਾਂਜੀ ਹਾਂਜੀ ਸਰ, ਪ੍ਰਕਾਸ਼ ਸਿੰਘ ਬਾਦਲ ਤਾਂ ਕਹਿ ਰਿਹਾ ਵੀ ਕਿਸਾਨ ਜਿਹੜਾ ਮੰਡੀਆਂ ਸਾਡੇ ਨਹੀਂ ਰੁਲੇਗਾ। ਅੱਛਾ ਜੀ, ਠੀਕ ਹੈ। ਪਿਛਲੀ ਵਾਰੀ ਵੀ ਇਹਨਾਂ ਕਿਹਾ ਸੀ, ਪਿਛਲੀ ਵਾਰੀ ਫਿਰੋਜ਼ਪੁਰ ਦੇ ਏਰੀਏ 'ਚ ਸਾਨੂੰ 50-100 ਰੁਪਏ ਵੱਟਾ ਲੱਗਾ ਸੀ। ਅੱਛਾ ਜੀ, ਠੀਕ ਹੈ। ਦੂਜੇ ਨੰਬਰ 'ਤੇ ਇਹ ਗੱਲ, ਕੈਪਟਨ ਦੀ ਸਰਕਾਰ ਸੀ ਉਦੋਂ, BJP ਦੀ ਉੱਤੇ ਸਰਕਾਰ ਸੀ, ਜ਼ਿਮੀਂਦਾਰ ਇੱਕ ਰਾਤ ਨਹੀਂ ਲਿਆ ਸੀ। ਅੱਜ ਸਾਨੂੰ ਪਿਛਲੀ ਵਾਰੀ 10-10-15 ਦਿਨ ਮੰਡੀਆਂ 'ਤੇ ਬਹਿਣਾ ਪਿਆ। ਕੀ ਇਹ ਕਿਸਾਨਾਂ ਦਾ ਮਸੀਹਾ ਪ੍ਰਕਾਸ਼ ਸਿੰਘ ਬਾਦਲ? ਬਿਲਕੁਲ ਜੀ, ਅਸੀਂ ਸਮਝ ਚੁੱਕੇ ਹਾਂ। ਇਹ ਗੱਲ ਹੈ ਜੀ,
ਇਹ ਵਪਾਰੀ ਵਰਗ ਜਿਹੜਾ ਸਰਕਾਰ ਨਾਲ ਮਿਲ ਜਾਂਦਾ ਹੈ, ਕਿਸਾਨਾਂ ਦਾ ਮੁੱਲ ਪੂਰਾ ਫਸਲ ਦਾ ਨਹੀਂ ਲਾਉਂਦਾ, ਇਹ ਢਾਲਾਂ ਕਰਕੇ ਬਹਿ ਜਾਂਦੇ ਨੇ, ਕਿਸਾਨ ਰੋਲਦਾ ਤੇ ਕਿਸਾਨ ਫਸਲ ਕਿੱਥੇ ਲੈ ਕੇ ਜਾਵੇਗਾ। ਬਿਲਕੁਲ ਜੀ, ਅਸੀਂ ਸਮਝ ਚੁੱਕੇ ਹੈਗੇ ਤੁਹਾਡੀ ਜਿਹੜੀ ਦੁੱਖ ਤਕਲੀਫ, ਸਮਝ ਚੁੱਕੇ। ਇਸੇ ਕਰਕੇ ਅਸੀਂ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਜਿਹੜੇ ਰਵਿੰਦਰ ਸਿੰਘ ਚੀਮਾ ਨੂੰ ਬੁਲਾਇਆ ਹੈਗਾ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੈਗੇ। ਚੀਮਾ ਸਾਹਿਬ ਉਹਨਾਂ ਦਾ ਖਾਸ ਸੋਹਣੀ ਲਿਆ ਕਿ ਬਾਦਲ ਸਾਹਿਬ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹਾ ਕਹਿੰਦੇ ਅਤੇ ਵਪਾਰੀਆਂ ਦੇ ਦਬਾਅ ਹੇਠ ਮੰਡੀਆਂ 'ਚ ਇੰਨੇ ਪ੍ਰਬੰਧ ਨਹੀਂ ਦਿੰਦੇ, ਜਿਹੜਾ ਕਿਸਾਨ ਆ ਉਹ ਦਸ ਦਸ ਦਿਨ ਰੋਲਦਾ ਰਹਿੰਦਾ ਹੈਗਾ ਮੰਡੀਆਂ ਦੇ। ਮੈਂ ਸਪਸ਼ਟ ਕਰਨਾ ਚਾਹੁੰਦਾ, ਸਾਡੇ ਕਿਸਾਨ ਭਰਾਵਾਂ ਨੂੰ ਵੀ ਕਈ ਵਾਰੀ ਭੁਲੇਖਾ ਹੁੰਦਾ ਹੈ, ਅਸਲੀਅਤ ਗਹਿਰਾਈ ਤੱਕ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ। ਚੰਗੀ ਗੱਲ ਹੈ ਕਿ ਅੱਜ ਮੈਨੂੰ ਇਸ ਜਿਹੜਾ ਹੈਗਾ ਤੁਹਾਡੇ ਪਲੇਟਫਾਰਮ ਤੋਂ ਇਹ ਗੱਲ ਕਿਸਾਨਾਂ ਨੂੰ ਦੱਸਣ ਦਾ ਮੌਕਾ ਮਿਲਿਆ। ਬਿਲਕੁਲ, ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਵੇਲੇ ਤੁਸੀਂ ਕੈਪਟਨ ਅਮਰਿੰਦਰ ਦੇ ਰਾਜ ਦੀ ਗੱਲ ਕਰਦੇ ਹੋ, ਉਸ ਵੇਲੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਔਰ ਸਾਡੇ ਅਟਲ ਬਿਹਾਰੀ ਵਾਜਪੇਈ ਸਾਹਿਬ ਜਿਹੜੇ ਸੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਆਪਣੇ 2000 ਦੇ ਵਿੱਚ ਦੇਸ਼ ਅੰਦਰ ਜਿੰਨਾ ਅਨਾਜ ਪਿਆ ਸੀ ਉਹਨੂੰ ਐਕਸਪੋਰਟ ਕਰਵਾਇਆ, ਗੋਦਾਮ ਖਾਲੀ ਕਰਵਾਏ ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਗਏ ਤਾਂ ਉਹਨਾਂ ਨੇ 50 ਲੱਖ ਟਨ ਦੇ ਨਵੇਂ ਗੋਦਾਮ ਬਣਾਉਣ ਦੀ ਵੀ ਇਜਾਜ਼ਤ ਜਿਹੜੀ ਆ ਉਹ ਬਾਲ ਸਾਹਿਬ ਨੂੰ ਦੇ ਦਿੱਤੀ। ਅੱਛਾ, ਉਹ ਗੋਦਾਮ ਜਿਹੜੇ ਪਹਿਲਾਂ ਭਰੇ ਹੋਏ ਸੀਗੇ ਨੱਕੋ ਨੱਕ, ਉਹ ਵੀ ਉਹਨਾਂ ਨੇ ਖਾਲੀ ਕਰਾਏ ਕਿ ਕਿਸਾਨਾਂ ਨੂੰ ਤੰਗੀ ਨਾ ਆਵੇ, ਨਵੇਂ ਗੋਦਾਮ ਵੀ ਬਣਾਏ ਔਰ 2002-03 ਦੇ ਵਿੱਚ ਜਦੋਂ ਗੋਦਾਮ ਬਣ ਕੇ ਤਿਆਰ ਹੋਏ ਉਸ ਵੇਲੇ ਜਿਹੜਾ ਉਹ ਸਰਕਾਰ ਜਿਹੜੀ ਹੈ ਕੈਪਟਨ ਸਾਹਿਬ ਦੀ ਆ ਗਈ, ਮੌਜਾਂ ਉਹਨਾਂ ਦੀ ਸਰਕਾਰ ਲੈਂਦੀ ਰਹੀ, ਥਾਂ ਜਿਹੜੀ ਆ ਉਸ ਵੇਲੇ ਬਾਦਲ ਸਾਹਿਬ ਬਣਾ ਗਏ। ਹੁਣ ਇਹ ਹੋ ਗਿਆ ਕਿ ਬਾਦਲ ਸਾਹਿਬ ਦੀ ਸਰਕਾਰ ਪੰਜਾਬ ਅੰਦਰ ਆਈ ਅਤੇ ਕੇਂਦਰ ਦੇ ਵਿੱਚ ਸਰਕਾਰ ਆ ਗਈ ਕਾਂਗਰਸ ਦੀ, ਉਹਨਾਂ ਨੇ ਮਾਲ ਜਿਹੜਾ ਪੰਜਾਬ ਦੇ ਵਿੱਚੋਂ ਚੁੱਕਣਾ ਹੀ ਬੰਦ ਕਰ ਦਿੱਤਾ, ਇਹ ਕਹਿਣਾ ਬੰਦ ਕਰਤਾ, ਕਹਿ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੀ ਕਣਕ ਮਾੜੀ ਹੈ ਜੀ, ਪੰਜਾਬ ਦਾ ਚੌਲ ਮਾੜਾ ਜੀ, ਬਾਹਰ ਕੋਈ ਇਹਨੂੰ ਲੈਂਦਾ ਨਹੀਂ। ਅਤੇ ਅੱਜ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਜਿੰਨੀ ਐਕਸਪੋਰਟ ਹੋਈ ਕਣਕ ਦੇਸ਼ 'ਚੋਂ, 50% ਜਿਹੜੀ ਐਕਸਪੋਰਟ ਹੋਈ ਆ ਉਹ ਪੰਜਾਬ 'ਚੋਂ ਹੋਈ ਹੈ ਔਰ ਸਾਰੇ ਬਾਹਰਲੇ ਦੇਸ਼ਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਕਣਕ ਹੈ ਇਹ ਬਹੁਤ ਚੰਗੀ ਕੁਆਲਿਟੀ ਦੀ ਹੈ। ਸੋ ਮੈਂ ਤਾਂ ਇਹ ਕਿਸਾਨ ਵੀਰੋ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕਿ ਕੇਂਦਰ 'ਚ ਸਰਕਾਰ ਲਿਆਓ ਪਹਿਲਾਂ ਵਾਂਗ ਭਾਰਤੀ ਜਨਤਾ ਪਾਰਟੀ ਦੀ, ਅਤੇ ਮੌਜਾਂ ਕਰਾ ਦਿਆਂਗੇ ਤੁਹਾਨੂੰ ਪੰਜਾਬ 'ਚ ਵੀ। ਚੀਮਾ ਸਾਹਿਬ, ਹੁਣ ਮੰਡੀ ਬੋਰਡ ਦੀ ਗੱਲ ਕੀਤੀ ਜਾਵੇ, ਮੰਡੀ ਬੋਰਡ ਦਾ ਵੀ ਜ਼ਿੰਮੇਵਾਰੀ ਹੈਗੀ ਕਿ ਕਿਸਾਨ ਮੰਡੀਆਂ ਦੇ ਵਿੱਚ ਨਾ ਰੋਲੇ ਹੈਗੇ, ਸਾਰਾ ਪ੍ਰਬੰਧ ਉਹਨਾਂ ਹੇਠ ਹੀ ਹੈਗਾ। ਕਿੰਨੀਆਂ ਕਿ ਤੁਸੀਂ ਮੰਡੀਆਂ ਸਥਾਪਿਤ ਕੀਤੀਆਂ ਗਈਆਂ, ਕਿੰਨੇ ਕੀ ਖਰੀਦ ਸਿੱਧ ਖਰੀਦ ਕੇਂਦਰ ਜਿਹੜੇ ਬਣਾਏ ਗਏ ਹੈਗੇ ਨੇ ਜੀ? ਦੇਖੋ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਬਾਲ ਸਾਹਿਬ ਨੇ ਮੈਨੂੰ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ, ਅਤੇ ਇਹ ਏਡੀ ਵੱਡੀ ਸੰਸਥਾ ਹੈ ਕਿ ਅੱਜ ਦੁਨੀਆ ਦੇ ਵਿੱਚ ਕਿਤੇ ਇਸ ਤਰ੍ਹਾਂ ਦਾ ਮਾਰਕੀਟਿੰਗ ਨੈਟਵਰਕ ਨਹੀਂ ਮਿਲਦਾ। ਬਿਲਕੁਲ ਜੀ, ਬਿਲਕੁਲ। ਹਰ 4 ਕਿਲੋਮੀਟਰ ਦੇ ਉੱਤੇ ਕਿਸਾਨ ਨੂੰ ਜਿਹੜੀ ਹੈ ਉਹ ਅਨਾਜ ਮੰਡੀ ਮਿਲ ਰਹੀ। ਕਿਤੇ ਤੁਸੀਂ ਰਾਜਸਥਾਨ 'ਚ ਚਲੇ ਜਾਓ, ਅੱਜ ਵੀ 30-30 ਕਿਲੋਮੀਟਰ ਤੱਕ ਮੰਡੀ ਕਿਸਾਨ ਨੂੰ ਜਿਹੜਾ ਗੱਡਿਆਂ ਦੇ ਉੱਤੇ ਅਨਾਜ ਲੈ ਕੇ ਜਾਣਾ ਪੈਂਦਾ। ਮੱਧ ਪ੍ਰਦੇਸ਼ ਵਰਗੇ ਸੂਬਿਆਂ 'ਚ ਵੀ 30-40-40 ਕਿਲੋਮੀਟਰ, ਯੂਪੀ ਵਰਗੇ ਇਲਾਕਿਆਂ 'ਚ ਵੀ ਸਾਨੂੰ 15-20 ਕਿਲੋਮੀਟਰ ਤੱਕ ਕਿਸਾਨ ਜਿਹੜੇ ਆ ਉਹ ਬੇਚਾਰੇ ਟਰਾਲੀਆਂ ਦੇ ਢੋਂਦੇ ਫਿਰਦੇ। ਸੋ ਇਹ ਪੰਜਾਬ ਦੇ ਵਿੱਚ ਮਾਰਕੀਟਿੰਗ ਨੈਟਵਰਕ ਇੰਨਾ ਵਧੀਆ ਬਿਲਕੁਲ ਕਿ ਸਾਰੇ ਦੇਸ਼ ਦਾ ਅਨਾਜ ਜਿਹੜਾ ਹੈਗਾ ਉਹਦਾ 50% ਅਸੀਂ ਪੰਜਾਬ 'ਚ ਪੈਦਾ ਕਰਦੇ ਹਾਂ, ਪੂਰੇ 15-20 ਦਿਨਾਂ ਦੇ ਵਿੱਚ ਸਾਰਾ ਕਮਾਈਨਾਂ ਜਿਹੜੀਆਂ ਉਹ ਮਾਲ ਮੰਡੀਆਂ 'ਚ ਲੈ ਆਉਂਦੀਆਂ। ਚਲੋ, ਥੋੜ੍ਹੀ ਬਹੁਤ ਉਹਦੇ ਨਾਲ ਤਕਲੀਫ ਜ਼ਰੂਰ ਕਿਸਾਨਾਂ ਵੀਰਾਂ ਨੂੰ ਆਉਂਦੀ ਹੈ, ਪਰ ਮੈਂ ਸਮਝਦਾ ਵੀ ਅੱਜ ਵੀ ਦੁਨੀਆ ਦਾ ਬਿਹਤਰ ਸਿਸਟਮ ਮਾਰਕੀਟਿੰਗ ਬੋਰਡ ਨੇ ਦਿੱਤਾ ਹੋਇਆ ਕਿ ਤੁਹਾਨੂੰ ਹਰ ਥਾਂ ਮੰਡੀ ਦਿੱਤੀ, ਸਫਾਈ ਦਾ ਪਲੇਟਫਾਰਮ ਦਿੱਤੇ ਹੋਏ ਨੇ, ਸ਼ੈੱਡ ਦਿੱਤੇ ਹੋਏ, ਸੜਕਾਂ ਦਿੱਤੀਆਂ ਨੇ, ਹਰ ਪਿੰਡ ਨੂੰ ਜਿਹੜੀ ਹੈ ਇੱਕ ਸੜਕ ਨਹੀਂ 4-4 ਸੜਕਾਂ ਦਿੱਤੀਆਂ ਹੋਈਆਂ। ਔਰ ਇਸ ਕਰਕੇ ਮੰਡੀ ਬੋਰਡ ਵੱਲੋਂ ਜਿਹੜਾ ਹੈਗਾ ਖੇਤੀਬਾੜੀ ਦੇ ਮਾਰਕੀਟਿੰਗ ਵਾਸਤੇ ਕੇਵਲ ਵੇਚਣ ਦਾ ਹੀ ਅਸੀਂ ਨਹੀਂ, ਬਲਕਿ ਹੁਣ ਤਾਂ ਅਸੀਂ ਡਰਾਇਰ ਵੀ ਜਿਹੜੇ ਨੇ ਉਹ ਲਾਏ ਆ, ਕਿਉਂਕਿ ਡਾਇਵਰਸੀਫਿਕੇਸ਼ਨ ਲਈ ਮੱਕੀ ਜਿਹੜੀ ਹੈ। ਨਹੀਂ, ਆਪਾਂ ਖਰੀਦ ਕੇਂਦਰ ਕਿੰਨੇ ਕੀ ਇਸ ਤੋਂ ਸਥਾਪਿਤ? 1795 ਖਰੀਦ ਕੇਂਦਰ ਬਣਾਏ ਜੀ। ਅੱਛਾ, ਜਿਹਦੇ 'ਚ ਸਾਡੀਆਂ 146 ਵੱਡੀਆਂ ਮੰਡੀਆਂ। ਅੱਛਾ ਜੀ, ਜਿਨ੍ਹਾਂ 'ਚ ਸਾਡੀਆਂ ਮਾਰਕੀਟ ਕਮੇਟੀਆਂ ਅਤੇ ਬਾਕੀ ਕੁਝ ਸਾਡੇ 350 ਦੇ ਕਰੀਬ ਅਡੀਸ਼ਨਲ ਯਾਰਡ ਨੇ, ਅਤੇ ਬਾਕੀ ਟੋਟਲ ਸਾਡਾ 1795 ਖਰੀਦ ਕੇਂਦਰਾਂ ਦੇ ਉੱਤੇ ਪਰਚੇਜ਼ ਜਿਹੜੀ ਹੈ ਪੰਜਾਬ ਮੰਡੀ ਬੋਰਡ ਵੱਲੋਂ ਆਪਣੇ ਅਧਿਕਾਰੀ ਹਰ ਖਰੀਦ ਕੇਂਦਰ ਦੇ ਉੱਤੇ ਤਾਇਨਾਤ ਕੀਤੇ ਗਏ। ਅੱਛਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ 4 ਕਿਲੋਮੀਟਰ ਦੇ ਘੇਰੇ 'ਚ ਮੰਡੀ ਹੈਗੀ, ਕੋਈ ਬਕਾਇਦਾ ਤੌਰ 'ਤੇ ਇੱਦਾਂ ਦਾ ਹੁੰਦਾ ਕਿ ਇੰਨੇ ਪਿੰਡਾਂ ਪਿੱਛੇ ਇੱਕ ਮੰਡੀ ਸਥਾਪਿਤ ਕੀਤੀ ਹੈਗੀ ਕਿ ਜਾਂ ਕੋਈ ਇੱਕ ਕਾਮਨ ਜਿਹੀ ਜਗ੍ਹਾ ਦੇਖ ਲੈਂਦੇ ਜਿਹੜਾ ਸਾਰਿਆਂ ਨੂੰ ਸਾਂਝੀ ਪੈ ਜਾਏ ਜੀ? ਇੱਕ ਸਮਾਂ ਸੀ ਜਦੋਂ ਬਾਲ ਸਾਹਿਬ ਨੇ 1977-78 ਵਾਲੇ ਆਪਣੇ ਕਾਰਜਕਾਲ ਦੇ ਵਿੱਚ ਫੋਕਲ ਪੁਆਇੰਟ ਬਣਾਏ ਸੀ। ਬਿਲਕੁਲ ਜੀ, ਬਿਲਕੁਲ। ਉਹਦਾ ਘੇਰਾ ਉਸ ਵੇਲੇ ਜਿਹੜਾ ਸੀ ਉਹ 10-8 ਕਿਲੋਮੀਟਰ ਰੱਖਿਆ ਸੀ ਕਿ 8 ਕਿਲੋਮੀਟਰ 'ਤੇ ਹਰ ਕਿਸਾਨ ਨੂੰ ਹਸਪਤਾਲ ਮਿਲੇ, ਵੈਟਨਰੀ ਹਸਪਤਾਲ ਮਿਲੇ, ਉੱਥੇ ਸਕੂਲ ਮਿਲੇ ਔਰ ਉੱਥੇ ਅਨਾਜ ਮੰਡੀ ਮਿਲੇ।
ਸੋ ਉਸ ਤੋਂ ਬਾਅਦ ਅਗਲੀ ਬਾਲ ਸਾਹਿਬ ਦੀ ਕਾਰਜਕਾਲ ਦੇ ਵਿੱਚ 4 ਸਾਲ ਦਾ ਘੇਰਾ ਰੱਖਿਆ ਗਿਆ ਅਤੇ ਹੁਣ ਤਾਂ ਮੈਂ 4 ਕਿਲੋਮੀਟਰ ਕਹਿੰਦਾ, ਪਰ ਹਕੀਕਤ ਹੁਣ ਇਹ ਹੈ ਕਿ ਬਾਲ ਸਾਹਿਬ ਵੀ ਦਰਿਆ ਦਿਲ ਨੇ, ਅੱਗੋਂ ਉਹਨਾਂ ਦੇ ਮੰਤਰੀ ਵੀ ਦਰਿਆ ਦਿਲ ਨੇ, ਜਿਹੜਾ ਪਿੰਡ ਮੰਡੀ ਮੰਗਦਾ ਹੈ ਉੱਥੇ ਬਾਲ ਸਾਹਿਬ ਐਲਾਨ ਕਰਕੇ ਆਉਂਦੇ ਹੈ, ਅਤੇ ਅਸੀਂ ਵੀ ਬਾਲ ਸਾਹਿਬ ਨੂੰ ਕਦੇ ਇਹ ਨਹੀਂ ਆਖਿਆ ਕਿ ਸਾਡੇ ਕੋਲ ਫੰਡਾਂ ਦੀ ਘਾਟ ਹੈ, ਅਸੀਂ ਮੰਡੀ ਨਹੀਂ ਬਣਾ ਸਕਦੇ। ਜੋ ਮੰਡੀ ਬਣਾਉਂਦੇ ਹੋ ਤੁਸੀਂ ਹੁਣ ਦੇਖੋਗੇ ਕਿ ਕਿਲੋ ਕਿਲੋਮੀਟਰ 'ਤੇ ਮੰਡੀਆਂ, ਸਾਡੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਮੇਦੇਆਸ ਅਤੇ ਮੋਜੋਵਾਲ ਦੋਵਾਂ ਦਾ ਆਪਸ 'ਚ ਜਿਹੜਾ ਹੈਗਾ ਉਹ ਸਨ ਰਲਦਾ। ਅੱਛਾ, ਔਰ ਦੋਨੇ ਪਿੰਡਾਂ ਨੇ ਵੱਖਰੀਆਂ ਵੱਖਰੀਆਂ ਮੰਡੀਆਂ ਬਣਾਈਆਂ। ਮੋਜੋਵਾਲ ਵਾਲੇ ਕਹਿੰਦੇ ਸਾਡੀ, ਅਸੀਂ ਉਹਨਾਂ ਦੇ ਨਹੀਂ ਜਾਣਾ, ਉਹ ਕਹਿੰਦੇ ਅਸੀਂ ਉਹਨਾਂ ਦੇ ਨਹੀਂ ਜਾਣਾ। ਇਸ ਤਰ੍ਹਾਂ ਦੀਆਂ ਵੀ ਥਾਵਾਂ ਦੇ ਉੱਤੇ ਅਸੀਂ ਅੱਧੇ ਕਿਲੋਮੀਟਰ 'ਚ ਵੀ ਦੋ ਦੋ ਮੰਡੀਆਂ ਬਣਾ ਕੇ ਦਿੱਤੀਆਂ। ਅੱਛਾ, ਮੰਡੀ ਬੋਰਡ ਵੱਲੋਂ ਹੋਰ ਕੀ ਪ੍ਰਬੰਧ ਕੀਤੇ ਗਏ ਹੈ ਆਪਣੇ ਪੱਧਰ 'ਤੇ, ਸਰਕਾਰ ਦੇ ਪੱਧਰ ਨੇ ਆਪਣੇ ਪੱਧਰ 'ਤੇ, ਕਿ ਕਿਸਾਨ ਜਿਹੜਾ ਵਾ ਉਹ ਸਮੇਂ ਸਿਰ ਵਿਹਲਾ ਸਿਰ ਹੋ ਸਕੇ ਔਰ ਉਹ ਆਪਣੀ ਫਸਲ ਚੰਗੇ ਭਾਅ ਨਾਲ ਵੇਚ ਸਕੇ, ਉਹਨਾਂ ਨੂੰ ਪਾਣੀ ਦੀ ਰਹਿਣ ਸਹਿਣ ਜਾਂ ਲੋੜ ਪੈਣ 'ਤੇ ਕਿਵੇਂ ਦੇ ਪ੍ਰਬੰਧ ਹੈਗੇ ਜੀ? ਦੇਖੋ, ਮੰਡੀਆਂ ਦੇ ਵਿੱਚ ਅਸੀਂ ਰੈਗੂਲਰਾਈਜ਼ ਕਰਨ ਵਾਸਤੇ ਸਾਰੇ ਆੜ੍ਹਤੀਆਂ ਨੂੰ ਹਦਾਇਤ ਕਰਦੇ ਹਾਂ ਕਿ ਸਵੇਰੇ ਜਿਹੜੀ ਫਸਲ ਆਉਂਦੀ ਹੈ ਅੱਛਾ ਉਹਦੀ ਸ਼ਾਮ ਤੱਕ ਸਫਾਈ ਹੋ ਜਾਣੀ ਚਾਹੀਦੀ। ਬਿਲਕੁਲ, ਔਰ ਸਫਾਈ ਤੋਂ ਬਾਅਦ ਜਿਹੜਾ ਬੋਲੀ ਦਾ ਵੀ ਹੈਗਾ, ਸਰਕਾਰ ਵੱਲੋਂ ਹਦਾਇਤ ਹੈ ਕਿ ਅਗਰ 2 ਟਾਈਮ ਬੋਲੀ ਕਰਾਈ ਜਾ ਸਕਦੀ ਹੈ ਤਾਂ 2 ਟਾਈਮ ਜਿਹੜੀ ਹੈ ਬੋਲੀ ਕਰਾਈ ਜਾਓ। ਇੱਥੋਂ ਤੱਕ ਕਿ ਕਈ ਵਾਰ ਤਾਂ ਜਦੋਂ ਕੋਈ ਫਸਲ ਜਿਹੜੀ ਆ ਚੰਗੀ ਕੁਆਲਿਟੀ ਦੀ ਮੰਡੀ 'ਚ ਆ ਰਹੀ ਹੁੰਦੀ ਹੈ ਤਾਂ ਇੰਸਪੈਕਟਰ ਸਾਹਿਬਾਨ ਇਹ ਵੀ ਕਹਿ ਦਿੰਦੇ ਆ ਵੀ ਜਿਹੜੀ ਚੰਗੀ ਕਣਕ ਆਈ ਹੈ ਮੈਂ ਦੇਖ ਲਈ, ਤੁਸੀਂ ਸਾਰੀ ਭਰ ਦਿਓ। ਅੱਛਾ, ਸੋ ਮੰਡੀਆਂ ਦੇ ਵਿੱਚ ਮੰਡੀ ਬੋਰਡ ਵੱਲੋਂ ਕਿਸਾਨਾਂ ਨੂੰ ਪੂਰੀ ਜਿਹੜੀ ਆ ਉਹ ਫਸਲ ਵੇਚਣ ਦੇ ਵਿੱਚ ਸਹਿਯੋਗ ਕੀਤਾ ਜਾਂਦਾ। ਅਤੇ ਹੁਣ ਮੰਡੀ ਬੋਰਡ ਡਾਇਵਰਸੀਫਿਕੇਸ਼ਨ ਵਾਸਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜਿਹੜਾ ਪਹਿਲ ਦਿੰਦੇ ਹੋਏ ਅਸੀਂ ਉਸ ਪਾਸੇ ਵੀ ਕਿਸਾਨਾਂ ਨੂੰ ਜਿਹੜੀ ਹੈ ਉਹ ਮਦਦ ਦੇ ਰਹੇ ਹਾਂ। ਅਸੀਂ ਮੇਲਾ ਲਾ ਰਹੇ ਹਾਂ ਫਰਵਰੀ ਦੇ ਵਿੱਚ ਸਾਡੇ ਸੁਨਾਮ ਇਲਾਕੇ ਦੇ ਵਿੱਚ, ਜਿਹਦੇ 'ਚ ਕਿਸਾਨਾਂ ਨੂੰ ਡਾਇਵਰਸੀਫਿਕੇਸ਼ਨ ਵੱਲ ਜਾਣ ਲਈ, ਸਬਜ਼ੀਆਂ ਲਈ, ਸ਼ਹਿਦ ਦੀਆਂ ਮੱਖੀਆਂ ਲਈ ਹੋਰ ਸਾਰੇ ਕੰਮ। ਚੀਮਾ ਸਾਹਿਬ, ਮਾਫ਼ੀ ਚਾਹਾਂਗੇ, ਡਾਇਵਰਸੀਫਿਕੇਸ਼ਨ 'ਤੇ ਆਪਾਂ ਫਿਰ ਕਿਤੇ ਗੱਲ ਕਰੀਏ। ਆਪਾਂ ਇਹ ਅੱਜ ਖਰੀਦ ਦੀ ਗੱਲ ਕਰੀਏ ਕਿ ਜਿਹੜੇ ਝੋਨੇ ਦੀ ਖਰੀਦ, ਹਾਂਜੀ, ਸਰਕਾਰ ਆਪਣੇ ਤੌਰ 'ਤੇ ਪ੍ਰਬੰਧ ਕਰ ਰਹੀ ਹੈਗੇ, ਮੰਡੀ ਬੋਰਡ ਕਿਵੇਂ ਦੇ ਪ੍ਰਬੰਧ ਕਰੀ, ਕਿ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਛਾਪੇ ਮਾਰੇ ਜਾ ਰਹੇ ਹੈਗੇ ਕਿ ਕੋਈ ਨਾ ਕੋਈ ਉੱਥੇ ਜਿਹੜੀ ਤਰੁੱਟੀ ਹੈ? ਸਾਡੇ ਅਧਿਕਾਰੀਆਂ ਨੂੰ ਇਹ ਹਦਾਇਤ ਹੁੰਦੀ ਹੈ, ਸਾਰੀਆਂ ਛੁੱਟੀਆਂ ਅਸੀਂ ਇਸ ਸੀਜ਼ਨ ਦੇ ਦੌਰਾਨ ਖਤਮ ਬੰਦ ਕਰ ਕੈਂਸਲ ਕਰਦੇ। ਅੱਛਾ, ਕਿਸੇ ਅਧਿਕਾਰੀ ਨੇ ਸਟੇਸ਼ਨ ਛੱਡ ਕੇ ਨਹੀਂ ਜਾਣਾ। ਅੱਛਾ, ਜਿੰਨੇ ਅਧਿਕਾਰੀ ਨੇ ਕੋਈ ਉਹਨੂੰ ਕੋਈ ਬਹੁਤ ਵੱਡੀ ਐਮਰਜੈਂਸੀ ਹੈ ਉਹਦੇ ਵਾਸਤੇ ਵੀ ਸਬਸਟੀਚਿਊਟ ਵੀ ਅਸੀਂ ਜਿਹੜਾ ਹੈਗਾ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਉਹ ਰਿਜ਼ਰਵ ਰੱਖਦੇ ਹਾਂ ਤਾਂ ਕਿ ਜੇ ਕੋਈ ਐਮਰਜੈਂਸੀ ਹੋ ਗਈ ਕਿਸੇ ਨੂੰ ਤਾਂ ਉੱਥੇ ਵੀ ਸਾਡੀ ਮੰਡੀ ਜਿਹੜੀ ਆ ਉਹ ਖਾਲੀ ਨਾ ਰਹੇ। ਕੋਈ ਖਰੀਦ ਕੇਂਦਰ ਇਹ ਨਾ ਕਹੇ ਕਿ ਮੰਡੀ ਬੋਰਡ ਦਾ ਮੁਲਾਜ਼ਮ ਨਹੀਂ, ਖਰੀਦ ਅਧਿਕਾਰੀ ਆਉਣ 'ਚ ਕੋਈ ਆਨਾਕਾਨੀ ਕਰਨ ਨੂੰ ਵੱਖਰੀ ਗੱਲ ਹੈ, ਪਰ ਮੰਡੀ ਬੋਰਡ ਦਾ ਪਹਿਰੇਦਾਰ ਜਿਹੜਾ ਹਰ ਮੰਡੀ ਦੇ ਵਿੱਚ ਤਾਇਨਾਤ ਰਹਿੰਦਾ। ਇਹ ਤੋਂ ਇਲਾਵਾ ਕਿਤੇ ਲਾਈਟ ਜਾਂਦੀ ਹੈ, ਲਾਈਟ ਕਰਕੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ, ਇਹਦੇ ਲਈ ਵੀ ਅਸੀਂ ਆਪਣਾ ਇਲੈਕਟ੍ਰੀਕਲ ਵਿੰਗ ਜਿਹੜਾ ਹੈਗਾ ਪੂਰਾ ਪੰਜਾਬ ਦੇ ਵਿੱਚ ਉਹ ਬਣਾਇਆ ਹੋਇਆ, ਚੀਫ ਇੰਜੀਨੀਅਰ ਰੈਂਕ ਦਾ ਸਾਡਾ ਅਫਸਰ ਜਿਹੜਾ ਉਹਨੂੰ ਲੁੱਕ ਆਫਟਰ ਕਰਦਾ। ਅੱਛਾ, ਜਿਸ ਤਰ੍ਹਾਂ ਮੌਸਮ ਆ, ਬਿਨਾਂ ਬੇਮੌਸਮੀ ਬਾਰਿਸ਼ ਹੋ ਰਹੀ ਹੈ, ਕੋਈ ਤਰਪਾਲਾਂ ਦਾ ਪ੍ਰਬੰਧ ਕਿਸਾਨਾਂ ਨੂੰ ਕਰਨਾ ਚਾਹੀਦਾ ਕਿ ਮੰਡੀ ਬੋਰਡ? ਨਹੀਂ ਨਹੀਂ, ਇਹ ਵੀ ਮੰਡੀ ਬੋਰਡ ਵੱਲੋਂ ਜਿਹੜਾ ਹੈਗਾ ਸਾਰੇ ਆੜ੍ਹਤੀਆਂ ਦੀ ਇਹ ਜ਼ਿੰਮੇਵਾਰੀ ਲਾਈ ਹੈ। ਅੱਛਾ, ਔਰ ਮੈਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਇਹਨੂੰ ਐਕਸੈਪਟ ਵੀ ਕੀਤਾ ਸੀਗਾ ਕਿ ਜੇ ਅਸੀਂ ਕਿਸਾਨ ਦੀ ਫਸਲ ਵੇਚ ਕੇ ਖਰੀਦਦਾਰ ਤੋਂ ਆੜ੍ਹਤ ਲੈਂਦੇ ਹਾਂ ਤਾਂ ਸਾਨੂੰ ਆਪਣੇ ਕਿਸਾਨ ਦੀ ਫਸਲ ਨੂੰ ਢੱਕਣ ਵਾਸਤੇ ਵੀ ਜਿਹੜਾ ਹੈਗਾ ਤਰਪਾਲਾਂ ਦਾ ਇੰਤਜ਼ਾਮ ਕਰਨਾ ਚਾਹੀਦਾ। ਸੋ ਇਹ ਸਾਰੇ ਆੜ੍ਹਤੀਆਂ ਨੂੰ ਹਦਾਇਤ ਹੈ ਕਿ ਇਨ ਕੇਸ ਆਫ ਰੇਨ ਜਿੰਨੀ ਉਹਨਾਂ ਦੀ ਦੁਕਾਨ 'ਤੇ ਫਸਲ ਆਉਂਦੀ ਹੈ ਉਹਨੂੰ ਕਵਰ ਕਰਨ ਲਈ ਉਹਨਾਂ ਕੋਲ ਤਰਪਾਲਾਂ ਹੋਣੀਆਂ ਚਾਹੀਦੀਆਂ, ਔਰ ਇਹ ਅਸੀਂ ਚੈੱਕ ਵੀ ਕਰਦੇ ਹਾਂ ਔਰ ਦੇਖਿਆ ਵੀ ਗਿਆ ਕਿ ਤਰਪਾਲਾਂ ਜਦੋਂ ਮੀਂਹ ਪੈਂਦਾ ਆਲਮੋਸਟ ਜਿਹੜੀਆਂ ਨੇ ਉਹ ਢੱਕੀਆਂ ਜਾਂਦੀਆਂ ਨੇ, ਪਰ ਕਿਉਂਕਿ ਕੁਦਰਤ ਦਾ ਜਦੋਂ ਮੀਂਹ ਆਉਂਦਾ ਇਹ ਇਕੱਲਾ ਉੱਪਰੋਂ ਨਹੀਂ ਆਉਂਦਾ, ਥੱਲਿਓਂ ਵੀ ਕਈ ਵਾਰ ਪਾਣੀ ਪੈ ਜਾਂਦਾ। ਅੱਛਾ ਚੀਮਾ ਸਾਹਿਬ, ਇੱਕ ਹੋਰ ਬੀਤੇ ਦਿਨ ਪੰਜਾਬ ਸਰਕਾਰ ਨੇ ਬੀਤੀ ਜਿਹੜੀ ਕੈਬਨਿਟ ਹੋਈ ਉਹਦੇ 'ਚ ਬੜਾ ਅਹਿਮ ਫੈਸਲਾ ਲਿਆ ਹੈਗਾ, ਉਹ ਵੀ ਕਿਸਾਨਾਂ ਨਾਲ ਜੁੜਿਆ ਹੈਗਾ, ਕਿ ਜਿਹੜੀ ਕਿਸਾਨਾਂ ਨੂੰ ਜਿਹੜੀ ਸਿੱਧੀ ਅਦਾਇਗੀ ਹੋਏਗੀ, ਡਾਇਰੈਕਟ ਪੇਮੈਂਟ ਹੋਏਗੀ, ਤੁਸੀਂ ਬਤੌਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇਹ ਫੈਸਲੇ ਨੂੰ ਲਾਗੂ ਕਰੋਗੇ ਜੀ? ਦੇਖੋ, ਮੈਂ ਲਾਗੂ ਕਰਾਂਗਾ ਨਹੀਂ, ਅਸੀਂ ਇਸ ਫੈਸਲੇ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਹਿਮਤੀ ਦਿੱਤੀ ਸੀ। ਅੱਛਾ, ਔਰ ਰਾਦਰ ਇਹ ਮਸਲਾ ਅਦਾਲਤ ਦੇ ਵਿੱਚ ਔਰ ਮੀਡੀਆ ਦੇ ਵਿੱਚ ਜਿੰਨਾ ਚਮਕਦਾ ਰਿਹਾ, ਬਿਲਕੁਲ ਬਿਲਕੁਲ, ਅਸੀਂ ਇਹਦੀ ਸੱਚਾਈ ਲਿਆਉਣ ਲਈ ਇਹ ਜਿਹੜਾ ਸੀਗਾ ਇਹ ਬਾਲ ਸਾਹਿਬ ਨੂੰ ਆਪ ਜਾ ਕੇ ਜਿਹੜਾ ਸੀ ਉਹ ਅਸੀਂ ਆਪਣੇ ਵੱਲੋਂ ਔਫਰ ਕੀਤਾ ਸੀ ਕਿ ਬਾਲ ਸਾਹਿਬ ਤੁਸੀਂ ਕਰ ਦਿਓ, ਕਿਸਾਨਾਂ ਨੂੰ ਔਫਰ ਦੇ ਦਿਓ। ਅਸੀਂ ਆੜ੍ਹਤੀ ਕਿਸਾਨ ਰਿਸ਼ਤੇ ਦੇ ਮਾਣ ਵਾਲੇ ਗੱਲ ਕਹੀ ਸੀ। ਅੱਛਾ, ਕਿ 99% ਕਿਸਾਨ ਜਿਹੜਾ ਹੈਗਾ ਉਹ ਫਿਰ ਵੀ ਪ੍ਰੈਫਰ ਕਰੇਗਾ ਆੜ੍ਹਤੀ ਰਾਹੀਂ, ਔਰ ਅੱਜ ਉਹਦੀ ਜਾਗਦੀ ਮਿਸਾਲ ਜਿਹੜੀ ਹੈ ਮੰਡੀਆਂ 'ਚ ਆਈ ਹੈ। ਅੱਜ 1.5 ਮਹੀਨਾ ਹੋ ਗਿਆ
ਪੰਜਾਬ ਸਰਕਾਰ ਨੇ ਵੀ ਅਸੀਂ ਮੰਡੀ ਬੋਰਡ ਵੱਲੋਂ ਵੀ ਹਰ ਮਾਰਕੀਟ ਕਮੇਟੀ ਦੇ ਬਾਹਰ ਲਾਇਆ ਲਿਖ ਕੇ ਕਿ ਆਓ ਕਿਸਾਨ ਵੀਰੋ, ਜੇ ਤੁਸੀਂ ਸਿੱਧੀ ਲੈਣੀ ਚਾਹੁੰਦੇ ਹੋ ਕਿਸਾਨ ਖਰੀਦਦਾਰ ਤੋਂ ਫਸਲ, ਤੁਸੀਂ ਲੈ ਸਕਦੇ ਹੋ। ਸੋ ਅੱਜ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ 15 ਲੱਖ ਕਿਸਾਨ ਪਰਿਵਾਰਾਂ 'ਚੋਂ ਹਾਂਜੀ ਸਿਰਫ 250 ਕਿਸਾਨਾਂ ਨੇ ਫਾਰਮ ਭਰੇ ਹੈ, ਔਰ ਉਹਨਾਂ ਤੋਂ ਵੀ ਜਿਹੜੇ ਫਾਰਮ ਉਹਨਾਂ ਨੂੰ ਭਰਨੇ ਪਏ, ਜਿਹੜੀਆਂ 7 ਜਥੇਬੰਦੀਆਂ ਨੇ ਰਿੱਟ ਪਾਈ ਹਾਈਕੋਰਟ 'ਚ, ਉਸ ਰਿੱਟ ਵਾਲਿਆਂ ਨੂੰ ਇਸ ਗੱਲ ਦੀ ਬੜੀ ਸੰਗ ਆਉਣ ਲੱਗ ਗਈ ਵੀ ਆਪਾਂ ਜਾ ਕੇ ਮੀਡੀਆ 'ਚ ਜਵਾਬ ਕੀ ਦੇਵਾਂਗੇ ਕਿ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਕਿ ਕਿਸਾਨ ਲੈ ਸਕਦਾ ਹੈ, ਔਰ ਕਿਸਾਨ ਆੜ੍ਹਤੀਆਂ ਨਾਲ ਸਹਿਮਤ ਨੇ, ਸਾਡੇ ਨਾਲ ਕੋਈ ਸਹਿਮਤ ਹੀ ਨਹੀਂ ਹੋਇਆ, ਉਹਨਾਂ ਨੇ ਆਪਣੇ ਵਲੰਟੀਅਰ ਨੂੰ ਕਿਹਾ ਵੀ ਘੱਟੋ ਘੱਟ ਤੁਸੀਂ ਤਾਂ ਭਰੋ। ਨਹੀਂ, ਇੱਕ ਇਹ ਵੀ ਕਾਰਨ ਹੋ ਸਕਦਾ ਕਿ ਕਿਸਾਨ ਜਿਹੜਾ ਆਪਣੇ ਲੋੜ ਅਨੁਸਾਰ ਜਿਹੜੇ ਗਰਜ਼ਾਂ ਉਹ ਆੜ੍ਹਤੀਆਂ ਕੋਲ ਪੂਰੀਆਂ ਕਰਦਾ ਹੈਗਾ ਜੀ, ਅਤੇ ਅਸੀਂ ਤੁਹਾਡੇ ਪਹਿਲਾਂ ਹੀ ਉਹ ਇੰਨੇ ਕਰਜ਼ਦਾਰ ਹੈਗੇ ਨੇ ਕਿ ਉਹ ਤੁਹਾਡੇ ਕੋਲ ਮੰਗ ਨਹੀਂ ਸਕਦੇ ਹੈਗੇ ਕਿ ਸਾਨੂੰ ਸਾਡੀ ਫਸਲ ਕੈਸ਼ ਦਿੱਤਾ ਜਾਵੇ ਜਾਂ ਸਵੀਪ ਕਾਰਡ ਦਿੱਤਾ ਜਾਵੇ। ਇਹਦੀ ਇਸ ਲਈ ਦੱਸਣੀ ਚਾਹੁੰਦਾ, ਸਾਨੂੰ ਬਦਨਾਮ ਬਹੁਤ ਕੀਤਾ ਗਿਆ ਕਿ ਕਰਜ਼ੇ ਥੱਲੇ ਦਬੇ ਹੋਏ ਆੜ੍ਹਤੀਆਂ ਦੇ, ਪਰ ਅਸਲ ਗੱਲ ਇਹ ਹੈ ਕਿ ਕਿਸਾਨ ਔਰ ਆੜ੍ਹਤੀ ਦਾ ਇੱਕ ਪਰਿਵਾਰਕ ਸੰਬੰਧ ਬਣ ਚੁੱਕਿਆ। ਅੱਛਾ, ਬਿਲਕੁਲ। ਜਿਹੜੇ ਅੱਜ ਪੰਜਾਬ ਅੰਦਰ, ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਪੰਜਾਬ ਅੰਦਰ 50% ਜਿਹੜਾ ਕਿਸਾਨ ਹੈ ਉਹ ਬੇਗਰਜ਼ ਹੈ ਆੜ੍ਹਤੀ ਵੱਲੋਂ, ਉਹਨੂੰ ਆੜ੍ਹਤੀ ਦੀ ਗਰਜ਼ ਨਹੀਂ ਹੈ, ਪਰ ਫਿਰ ਵੀ ਉਹ ਇਹ ਗੱਲ ਸਮਝਦਾ ਕਿ ਜ਼ਿੰਦਗੀ ਬਹੁਤ ਲੰਮੀ ਹੈ, ਇਹਦੇ ਵਿੱਚ ਮੇਰੇ ਕਿਸੇ ਪਰਿਵਾਰਕ ਮੈਂਬਰ ਨੂੰ ਕਦੇ ਕੋਈ ਮੁਸੀਬਤ ਪਵੇ, ਕਦੇ ਹਸਪਤਾਲ ਜਾਣਾ ਪਵੇ, DMC ਵਾਲੇ ਪਹਿਲਾਂ ਹੀ ਕਹਿੰਦੇ ਵੀ 2 ਲੱਖ ਰੁਪਈਆ ਭਰੋ ਜੀ, ਕੋਈ ਹੋਰ ਜ਼ਿੰਦਗੀ 'ਚ ਕੋਈ ਐਸੀ ਮੁਸੀਬਤ ਆਵੇ, ਕਿਤੇ ਕੋਈ ਵਿਆਹ ਸ਼ਾਦੀ ਦੀ ਗੱਲ ਹੁੰਦੀ, ਕਿਤੇ ਹੋਰ ਹੁੰਦੀ, ਤਾਂ ਮੇਰਾ ਆੜ੍ਹਤੀ ਜਿਹੜਾ ਹੈਗਾ ਉਹ ਮੇਰਾ ਬੈਂਕ ਹੈ, ਔਰ ਮੈਂ ਉਹਨੂੰ ਜੇ ਕਹਾਂਗਾ ਕਿ ਮੈਂ ਅੱਗੇ ਤੁਹਾਤੋਂ ਕਦੇ ਪੈਸੇ ਨਹੀਂ ਲਏ, ਪਰ ਐਤਕੀ ਮੈਨੂੰ 2.5 ਲੱਖ ਚਾਹੀਦਾ, ਤਾਂ ਕਿਸਾਨ ਨੂੰ ਕਦੇ ਆੜ੍ਹਤੀ ਜਵਾਬ ਨਹੀਂ ਦਿੰਦਾ। ਸੋ ਇਹ ਨਹੀਂ ਕਿ ਸਾਰੇ ਦਬੇ ਹੋਏ ਨੇ, ਇੱਕ ਉਹਨਾਂ ਦੇ ਸਭ ਕੰਸਟੀਟਿਊਸ਼ਨ ਦੇ ਵਿੱਚ ਇੱਕ ਕੌਨਫੀਡੈਂਸ ਹੈ ਇਸ ਗੱਲ ਦਾ ਕਿ ਜੇਕਰ ਸਾਨੂੰ ਕਿਤੇ ਜ਼ਿੰਦਗੀ 'ਚ ਕੋਈ ਲੋੜ ਪੈਂਦੀ ਹੈ ਤਾਂ ਸਾਡਾ ਆੜ੍ਹਤੀ ਜਿਹੜਾ ਹੈਗਾ ਸਾਨੂੰ ਜਵਾਬ ਨਹੀਂ ਦੇਵੇਗਾ। ਜਾਣੀ ਕਿ ਤੁਹਾਡੇ ਮੁਤਾਬਕ ਕਰਜ਼ੇ ਥੱਲੇ ਨਹੀਂ ਦੱਬੇ ਤੁਹਾਡੇ, ਪਰ ਅਹਿਸਾਨ ਥੱਲੇ ਜ਼ਰੂਰ ਦੱਬਿਆ ਗਿਆ। ਅਹਿਸਾਨ ਨਹੀਂ, ਲੋੜ ਹੈ, ਔਰ ਮੈਂ ਇਹ ਕਹਿੰਦਾ ਕਿ ਇਕੱਲੇ ਕਿਸਾਨ ਨਹੀਂ, ਅਸੀਂ ਆੜ੍ਹਤੀ ਹੋਣ ਦੇ ਨਾਤੇ ਵੱਡੇ ਛੋਟੇ ਆੜ੍ਹਤੀ ਹਾਂ, ਬਿਲਕੁਲ ਸਾਨੂੰ ਵੀ ਆਪਣੀ ਇੱਕ ਬੈਕ ਸਪੋਰਟ ਚਾਹੀਦੀ ਹੁੰਦੀ, ਅਸੀਂ ਵੀ ਉਹਨਾਂ ਆਪਣੇ ਮਿੱਤਰਾਂ ਦੇ ਅਹਿਸਾਨਮੰਦ ਹੁੰਦੇ ਹਾਂ, ਜਦੋਂ ਸਾਡਾ ਆਪਣਾ ਸਾਰਾ ਸਰਮਾਇਆ ਮੁੱਕ ਜਾਂਦਾ ਫਿਰ ਕਦੇ ਕਦੇ ਅਸੀਂ ਉਹਨਾਂ ਵੱਲ ਮੂੰਹ ਕਰਦੇ ਹਾਂ, ਉਹ ਸਾਨੂੰ 10-5 ਲੱਖ ਰੁਪਏ ਦੀ ਸਪੋਰਟ ਕਰਦੇ ਹੈ, ਅਤੇ ਅਸੀਂ ਉਹਨਾਂ ਦਾ ਵੀ ਜਿਹੜਾ ਹੈ ਉਨਾ ਹੀ ਪਰਿਵਾਰਕ ਤੌਰ 'ਤੇ ਇਹ ਜਿਹੜਾ ਹੈ ਆਦਰ ਕਰਦੇ ਹਾਂ। ਅੱਛਾ, ਇਹ ਜਿਹੜਾ ਹੁਣ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਵਾਲਾ ਮਾਮਲਾ ਹੈਗਾ, ਜਿਹੜੇ ਤੁਸੀਂ ਦੱਸਿਆ ਕਿ 15 ਲੱਖ ਕਿਸਾਨਾਂ 'ਚੋਂ 150-200 ਲੋਕਾਂ ਨੇ ਭਰਿਆ ਗਿਆ, ਹਾਂਜੀ, ਇਹ ਸਵੀਪ ਕਾਰਡ ਰਾਹੀਂ ਦਿੱਤੇ ਜਾਣਗੇ ਕਿ ਜਾਂ ਵਿਦ ਚੈੱਕ ਦਿੱਤੇ ਜਾਣਗੇ? ਦੇਖੋ, ਸਵੈਪ ਕਾਰਡ ਦਾ ਜਿਹੜਾ ਫਾਰਮੂਲਾ ਇਹ ਥੋੜ੍ਹੀ ਜਿਹੀ ਇਹਦੀ ਕੈਰੋਂ ਸਾਹਿਬ ਚਾਹੁੰਦੇ ਆ ਕਿ ਸਵੈਪ ਕਾਰਡ ਨੂੰ ਹੋਰ ਅਸੀਂ ਜਿਹੜਾ ਉਹ ਲੋਕਾਂ ਤੱਕ ਪਹੁੰਚਾਈਏ, ਪਰ ਮੈਂ ਇਹ ਸਮਝਦਾ ਕਿ ਜਿਹੜੇ ਕਿਸਾਨ ਨੇ ਬਿਲਕੁਲ ਉਹ ਚੈੱਕ ਰਾਹੀਂ ਜਾਂ ਇਲੈਕਟ੍ਰੋਨਿਕ ਟ੍ਰਾਂਸਫਰ ਨੂੰ ਪ੍ਰੈਫਰ ਕਰਨਗੇ। ਸਵੈਪ ਕਾਰਡ ਵਾਲਾ ਜਿਹੜਾ ਹੈਗਾ ਬਹੁਤ ਘੱਟ ਕਿਸਾਨ ਜਿਹੜੇ ਨੇ ਕਰਨਗੇ, ਰਾਦਰ ਕਿ ਕਿਸਾਨ ਉਸ ਵੇਲੇ ਜਦੋਂ ਮਸ਼ੀਨ ਮੰਡੀ 'ਚ ਹੈ, ਜਦੋਂ ਇੰਸਪੈਕਟਰ ਨੇ ਮੰਡੀ 'ਚ ਆਉਣਾ ਹੈ, ਉਸ ਵੇਲੇ ਕਿਸਾਨ ਢੇਰੀ ਕੋਲ ਹੈਗਾ ਕਿ ਨਹੀਂ ਹੈਗਾ, ਉਹਦਾ ਨੌਕਰ ਹੈ ਕਿ ਕੌਣ ਹੈ, ਇਹ ਸਵੈਪ ਕਾਰਡ ਦਾ ਇੱਕ ਬਕਾਇਦਾ ਕੋਡ ਹੁੰਦਾ, ਉਸ ਸਵੈਪ ਕਾਰਡ ਨੂੰ ATM ਦੇ ਤੌਰ 'ਤੇ ਵਰਤਿਆ ਜਾਣਾ, ਉਹ ATM ਪਰਿਵਾਰ ਦੇ ਹਰ ਮੈਂਬਰ ਨੂੰ ਕਿਸਾਨ ਦੇਣਾ ਇਸ ਕਰਕੇ ਠੀਕ ਨਹੀਂ ਸਮਝਦਾ ਵੀ ਬੱਚੇ ਗਾਂਹ ਕਿਤੇ ਪੈਸੇ ਨਾ ਕਢਵਾਉਣ ਲੱਗ ਜਾਂਦੇ ਇਹਦੇ 'ਚੋਂ। ਸੋ ਇਸ ਕਰਕੇ ਕਾਰਡ ਵਾਲਾ ਸਿਸਟਮ ਕਿਸਾਨਾਂ 'ਤੇ ਕੋਈ ਬਾਹਲਾ ਸਫਲ ਨਹੀਂ ਹੋਏਗਾ, ਕਿਸਾਨ ਬੈਂਕ ਰਾਹੀਂ ਪੈਸਾ ਲੈਣ ਨੂੰ ਪ੍ਰੈਫਰ ਕਰਨਗੇ। ਅੱਛਾ, ਇੱਕ ਹੋਰ ਹੈ ਕਿ ਤੁਸੀਂ ਕਹਿੰਦੇ ਕਿ ਕਿਸਾਨ ਆੜ੍ਹਤੀਆਂ ਦੇ ਕਰਜ਼ੇ ਥੱਲੇ ਨਹੀਂ ਦੱਬਿਆ ਗਿਆ, ਰਿਪੋਰਟਾਂ ਛਪਦੀਆਂ ਨੇ, ਵੱਖ ਵੱਖ ਯੂਨੀਵਰਸਿਟੀਆਂ ਨੇ ਰਿਪੋਰਟਾਂ ਦਿੱਤੀਆਂ, ਪੰਜਾਬ ਸਟੇਟ ਫਾਰਮਰ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ 35,000 ਕਰੋੜ ਤੋਂ ਵੱਧ ਕਰਜ਼ੇ ਥੱਲੇ ਦੱਬਿਆ, ਜਿਹਦੇ 'ਚ ਕੋਈ 25-30 ਕਰੋੜ ਤੁਹਾਡਾ ਹੈਗਾ। ਦੇਖੋ, ਮੈਂ ਇਸ ਗੱਲ ਤੋਂ ਬਿਲਕੁਲ ਮੁੱਕਰਦਾ ਨਹੀਂ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਵੀ ਹੈ। ਮੈਂ ਤੁਹਾਨੂੰ ਕਿਹਾ 50% ਕਿਸਾਨ ਬੇਗਰਜ਼ਾ ਹੈ, ਬਿਲਕੁਲ। ਉਹਦੇ ਵਿੱਚੋਂ ਹੁਣ ਦੇਖੋ, ਇਸ ਵੇਲੇ ਜਿੰਨਾ ਪੰਜਾਬ ਦਾ ਵੱਡਾ ਕਿਸਾਨ ਕਹਿ ਲਓ ਜਾਂ ਪੜ੍ਹਿਆ ਲਿਖਿਆ ਕਿਸਾਨ ਕਹਿ ਲਓ, ਇਹ ਖੇਤੀ ਛੱਡ ਗਿਆ, ਇਹਨਾਂ ਸਾਰਿਆਂ ਨੇ ਜ਼ਮੀਨਾਂ ਠੇਕਰੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿੰਨੀ ਸਾਡੇ ਖਿਲਾਫ਼ ਭੜਾਸ ਕੱਢਦੇ ਰਹੇ ਆ ਕੇ ਮੀਡੀਏ ਦੇ ਵਿੱਚ, TV ਦੇ ਉੱਤੇ, ਮੈਂ 1-2 ਵਾਰ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਤਾਂ ਖੇਤੀ ਛੱਡ ਗਏ, ਤੁਹਾਨੂੰ ਆੜ੍ਹਤੀਆਂ ਦਾ ਪਤਾ ਹੀ ਨਹੀਂ ਵੀ ਆੜ੍ਹਤੀ ਦੀ ਗਰਜ਼ ਕੀ ਹੈ ਅਤੇ ਆੜ੍ਹਤੀ ਦੀ ਲੋੜ ਕੀ ਹੈ, ਕਿਉਂਕਿ ਖੇਤੀ ਨਹੀਂ ਕਰਦੇ ਤੁਸੀਂ। ਜਿਹੜੇ ਖੇਤੀ ਉਹਨਾਂ ਦੀਆਂ ਜ਼ਮੀਨਾਂ ਲੈ ਕੇ ਠੇਕੇ ਦੇ ਕਰਦੇ ਆ ਨਾ, 2-2 ਕਿੱਲਿਆਂ ਦੇ ਮਾਲਕ ਨੇ ਉਹ, ਕਈ ਤਾਂ ਬਿਲਕੁਲ ਬੇਜ਼ਮੀਨੇ ਕਿਸਾਨ ਨੇ, ਉਹਨਾਂ ਨੂੰ ਬੈਂਕ ਕਰਜ਼ਾ ਨਹੀਂ ਦਿੰਦਾ, ਉਹ ਕਿਸਾਨ ਜਿਹੜੇ ਹੈ ਆੜ੍ਹਤੀ ਤੋਂ ਕਰਜ਼ਾ ਲੈਂਦੇ, ਫਿਰ ਜ਼ਮੀਨ ਠੇਕੇ 'ਤੇ ਲੈਂਦੇ ਨੇ। ਚੀਮਾ ਸਾਹਿਬ, ਮਾਫ਼ੀ ਚਾਹਾਂਗੇ, ਸਮਾਂ ਆਗਿਆ ਨਹੀਂ ਦਿੰਦਾ ਹੈਗਾ, ਅਤੇ ਜਿਹੜੇ ਤੁਸੀਂ ਪ੍ਰਬੰਧ ਦੱਸੇ ਹੈਗੇ ਨੇ ਉਹ ਸ਼ਾਇਦ ਇਸ ਵਾਰ ਪੂਰੇ ਹੋਣ, ਅਤੇ ਕਿਸਾਨ ਵੀ ਖੁਸ਼ੀ ਖੁਸ਼ੀ ਆਪਣੇ ਘਰ ਜਾਵੇ, ਅਤੇ ਤੁਸੀਂ ਸਾਡੇ ਸਟੂਡੀਓ 'ਚ ਆਏ, ਮੌਸਮ ਚੰਗਾ ਦੇਵੇ,
ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ। ਆਖਿਰ ਕੀ ਵਜ੍ਹਾ ਹੈ ਕਿ ਕਿਸਾਨ ਪਹਿਲਾਂ ਆਪਣੀ ਫਸਲ ਸਾਂਭਣ ਵੇਲੇ ਅਤੇ ਬਾਅਦ ਵਿੱਚ ਫਸਲ ਵੇਚਣ ਵੇਲੇ ਰੁਲਦਾ ਨਜ਼ਰ ਆਉਂਦਾ ਹੈ? ਸਰਕਾਰੀ ਦਾਅਵੇ ਵੀ ਹਰ ਸਾਲ ਬਹੁਤ ਹੁੰਦੇ ਨੇ ਪਰ ਘੱਟ ਪੂਰੇ ਹੀ ਹੁੰਦੇ ਨੇ। ਸਦਕੇ ਜਾਈਏ ਪੰਜਾਬ ਦੇ ਮਿਹਨਤੀ ਕਿਸਾਨਾਂ ਉੱਤੇ ਜਿਹੜੇ ਕਦੇ ਆਪਣਾ ਸਿਦਕ ਨਹੀਂ ਹਾਰਦੇ, ਪਰ ਸਰਕਾਰਾਂ ਨੂੰ ਵੀ ਜ਼ਰੂਰ ਕਿਸਾਨਾਂ ਨਾਲ ਆਪਣੀ ਕੀਤੀ ਜ਼ਬਾਨ ਭਗਾਉਣੀ ਚਾਹੀਦੀ ਹੈ। ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਕ ਨਵੇਂ ਮੁੱਦੇ ਅਤੇ ਨਵੀਂ ਹਸਤੀ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ, ਹਮੇਸ਼ਾ ਹੱਸਦੇ ਰਹੋ, ਵੱਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।